ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਰਾਹੁਲ ਗਾਂਧੀ ਹੋਰਾਂ ਦੀ ਗੱਲ ਕਰਦੇ ਆਂ ਜੀ। ਹਲੇ ਆਇਆਂ ਨੂੰ ਜੁਮਾ ਜੁਮਾ ਥੋੜੇ ਦਿਨ ਹੀ ਹੋਏ ਨੇ ਕਿ ਇੱਕ ਹੋਰ ਰੌਲਾ ਪੈ ਗਿਆ ਸਦਨ ਦੇ ਵਿੱਚ। ਰਾਹੁਲ ਗਾਂਧੀ ਦੀ ਫਲਾਇੰਗ ਕਿਸ ਦੇ ਖਿਲਾਫ ਸ਼ਿਕਾਇਤ ਹੋ ਗਈ ਹੈ ਜੀ? ਦੇਖੋ, ਮੈਂ ਨਾ ਇਸ ਗੱਲ ਦੇ ਉੱਤੇ ਬਹੁਤ ਹੈਰਾਨ ਹਾਂ ਵੀ ਪਾਰਲੀਮੈਂਟ ਕਿਹੜੇ ਕਾਰਨਾਂ ਕਰਕੇ ਸੱਦੀ ਜਾਂਦੀ ਆ, ਸੈਸ਼ਨ ਲੋਕ ਸਭਾ ਰਾਜ ਸਭਾ ਦਾ ਕਿਹੜੇ ਕਾਰਨਾਂ ਕਰਕੇ ਬੁਲਾਇਆ ਜਾਂਦਾ, ਪਰ ਉੱਥੇ ਗੱਲਾਂ ਹੋ ਕਿਹੜੀਆਂ ਜਾਣਗੀਆਂ। ਲੰਘੇ ਕੱਲ ਜਿਸ ਤਰੀਕੇ ਦਾ ਮਜਮਾ ਲੱਗਾ ਪਾਰਲੀਮੈਂਟ ਦੇ ਵਿੱਚ, ਇਹਦੇ ਉੱਤੇ ਹੈਰਾਨੀ ਬਹੁਤ ਹੋਈ ਹੈ। ਪਹਿਲੀ ਗੱਲ ਤਾਂ ਇਹ ਵੀ ਪਾਰਲੀਮੈਂਟ ਦੇ ਵਿੱਚ ਕੰਮ ਦੀ ਗੱਲ ਹੁੰਦੀ ਹੀ ਕਿੰਨੀ ਕੁ, ਤੇ ਜੇ ਕਿਤੇ ਕੋਈ ਬੰਦਾ ਕਰੇ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਟੁੱਟ ਕੇ ਸਾਰੇ ਜਾਣੇ ਪੈ ਜਾਂਦੇ, ਜਿਵੇਂ ਮੱਛੀ ਮਾਰਕੀਟ ਦੇ ਵਿੱਚ ਹੁੰਦੇ ਨੇ ਵੀ ਮੇਰਾ ਰੇਟ ਪਹਿਲਾਂ ਸੁਣੋ, ਮੇਰਾ ਰੇਟ ਪਹਿਲਾਂ ਸੁਣੋ। ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਲੋਕ ਸਭਾ, ਰਾਜ ਸਭਾ ਤੇ ਵਿਧਾਨ ਸਭਾਵਾਂ ਨੇ ਜਿਹੜੀਆਂ ਸਾਡੀਆਂ, ਇਹਨਾਂ ਦੇ ਵਿੱਚ ਕੰਮ ਥੋੜੀ ਹੁੰਦਾ। ਇਹ ਤਾਂ ਇਉਂ ਲੱਗਦਾ ਵੀ ਇੱਥੇ ਸਿਰਫ ਤੇ ਸਿਰਫ ਗੱਲਾਂ ਬਾਤਾਂ ਕਰਨ ਆਏ ਆ, ਗਾਲਾਂ ਗੁਲਾਂ ਕੱਢਣ ਆਏ ਆ, ਲੜਨ ਭਿੜਨ ਆਏ ਆ, ਕੰਮ ਦੀ ਗੱਲ ਤਾਂ ਹੁੰਦੀ ਬਹੁਤ ਘੱਟ ਆ ਜਾਂ ਨਾ ਮਾਤਰ ਹੁੰਦੀ ਹੈ। ਸੋ ਉਸ ਤਰੀਕੇ ਦਾ ਵੇਰਵਾ ਕੱਲ੍ਹ ਦੇਖਣ ਨੂੰ ਮਿਲਿਆ। ਰਾਹੁਲ ਗਾਂਧੀ ਸਸਪੈਂਡ ਹੋਣ ਤੋਂ ਬਾਅਦ ਬਹਾਲ ਹੋਏ, ਬਹਾਲ ਇਸ ਕਰਕੇ ਹੋਏ ਕਿਉਂਕਿ ਸੁਪਰੀਮ ਕੋਰਟ ਨੇ ਆਪਾਂ ਜਾਣਦੇ ਵੀ ਸਜ਼ਾ ਦੇ ਉੱਤੇ ਰੋਕ ਲਾ ਦਿੱਤੀ ਹੈ 2 ਸਾਲ ਵਾਲੀ ਤੇ। ਸੋ ਉਸ ਤੋਂ ਬਾਅਦ ਉਹਨਾਂ ਨੇ ਕੱਲ੍ਹ ਪਹਿਲੀ ਵਾਰ ਪਾਰਲੀਮੈਂਟ ਦੇ ਵਿੱਚ ਆ ਕੇ ਤੇ ਆਪਣਾ ਭਾਸ਼ਣ ਦਿੱਤਾ। ਕੱਲ੍ਹ ਉਹਨਾਂ ਨੇ ਮਣੀਪੁਰ ਦੇ ਮੁੱਦੇ ਦੇ ਉੱਤੇ ਭਾਸ਼ਣ ਦਿੱਤਾ, ਉਹਨਾਂ ਨੇ ਹੋਰ ਵੱਖ ਵੱਖ ਵਿਸ਼ੇ ਛੋਏ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮਣੀਪੁਰ ਦੇ ਵਿੱਚ ਭਾਰਤ ਮਾਤਾ ਦਾ ਕਤਲ ਕੀਤਾ ਗਿਆ, ਮਣੀਪੁਰ ਦੇ ਵਿੱਚ ਜਾਣ ਬੁੱਝ ਕੇ ਕਤਲ ਕੀਤਾ ਗਿਆ। ਉਹਨਾਂ ਨੇ ਕਿਹਾ ਜੀ ਕਿ ਮੈਂ ਮਣੀਪੁਰ ਦੇ ਵਿੱਚ ਜਾ ਕੇ ਤੇ ਪੀੜਤਾਂ ਨੂੰ ਮਿਲ ਕੇ ਆਇਆ, ਮੈਂ ਮਣੀਪੁਰ ਦੇ ਵਿੱਚ ਜਾ ਕੇ ਰਾਹਤ ਕੈਂਪਾਂ ਵਿੱਚ ਬੱਚਿਆਂ ਤੇ ਔਰਤਾਂ ਨੂੰ ਮਿਲ ਕੇ ਆਇਆ। ਪਰ ਪ੍ਰਧਾਨ ਮੰਤਰੀ ਸਾਹਿਬ ਨਹੀਂ ਗਏ ਉੱਥੇ, ਪ੍ਰਧਾਨ ਮੰਤਰੀ ਸਾਹਿਬ ਆਪਣੇ 2 ਮਿੱਤਰਾਂ ਦੇ ਬਾਰੇ ਸੋਚਦੇ ਆ, ਤੇ ਉਹਨਾਂ ਨੇ ਕਿਹਾ ਜੀ ਕਿ 2 ਮਿੱਤਰਾਂ ਦੇ ਮੈਂ ਅੱਜ ਜ਼ਿਕਰ ਨਹੀਂ ਕਰਨਾ ਕਿਉਂਕਿ ਪਿਛਲੀ ਵਾਰੀ ਮੈਂ ਜ਼ਿਕਰ ਕੀਤਾ ਸੀ ਜਦੋਂ ਸਸਪੈਂਡ ਹੋਇਆ ਸੀ, ਤੇ ਉਸ ਤੋਂ ਪਹਿਲਾਂ ਬੀਜੇਪੀ ਦੇ ਆਗੂਆਂ ਨੂੰ, ਮੇਰੇ ਮਿੱਤਰ ਸਾਥੀਆਂ ਨੂੰ ਬੜੀ ਤਕਲੀਫ ਹੋਈ ਸੀ ਕਿਉਂਕਿ ਮੈਂ 2 ਉਹਨਾਂ ਵਪਾਰੀਆਂ ਦਾ ਨਾਂ ਲਿਆ ਸੀ। ਸੋ ਇਸ ਗੱਲ ਦੇ ਉੱਤੇ ਸਿਮਰਤੀ ਇਰਾਨੀ ਕੱਲ੍ਹ ਬੜੀ ਭੜਕੀ, ਉਹਨੇ ਕਿਹਾ ਜੀ ਕਿ ਤੁਸੀਂ ਇੱਦਾਂ ਕਿਵੇਂ ਕਿਹਾ ਵੀ ਭਾਈ ਭਾਰਤ ਮਾਤਾ ਦਾ ਕਤਲ ਹੋਇਆ, ਭਾਰਤ ਦਾ ਅਨਿੱਖੜਵਾਂ ਅੰਗ ਹੈ ਜੀ ਮਣੀਪੁਰ, ਤੇ ਮਣੀਪੁਰ ਦੇ ਵਿੱਚ ਜੋ ਕੁਝ ਵੀ ਹੋਇਆ ਤੇ ਉਹਦੇ ਬਾਬਤ ਸਰਕਾਰ ਬੜਾ ਕੁਝ ਕਰ ਰਹੀ ਹੈ, ਤੇ ਤੁਹਾਡੀ ਪਾਰਟੀ ਦੇ ਆਗੂ ਤੁਹਾਡੇ ਆਹ ਗੱਲ ਕਹਿਣ ਦੇ ਉੱਤੇ ਤੇ ਤਾੜੀਆਂ ਮਾਰੀ ਜਾਂਦੇ, ਮੇਜ਼ ਥਪਥ ਪਾਈ ਜਾਂਦੇ ਆ, ਕਿਰਦਾਰ ਤਾਂ ਤੁਸੀਂ ਲੋਕਾਂ ਫਲਾਣ ਢੀਂਗ, ਉਹਨਾਂ ਨੇ ਬੜਾ ਕੁਝ ਕਿਹਾ। ਫਿਰ ਰਾਹੁਲ ਗਾਂਧੀ ਹੋਰੀ ਉੱਥੋਂ ਚਲੇ ਗਏ, ਪਰ ਜਾਂਦੇ ਜਾਂਦੇ ਉਹਨਾਂ ਨੇ ਸਾਨੂੰ ਫਲਾਇੰਗ ਕਿਸ ਕੀਤੀ ਆ, ਉਹਨੇ ਹਵਾਈ ਮਿੱਠੀਆਂ ਕੀਤੀਆਂ, ਤੇ ਇਹ ਗੱਲ ਸਿਮਰਤੀ ਇਰਾਨੀ ਨੇ ਤੇ 22 ਹੋਰ ਜਿਹੜੀਆਂ ਹੈਗੀਆਂ ਵੱਖ ਵੱਖ ਪਾਰਟੀਆਂ ਦੀਆਂ ਲੋਕ ਸਭਾ ਮੈਂਬਰ, ਉਹਨਾਂ ਨੇ ਸਪੀਕਰ ਸਾਹਿਬ ਨੂੰ ਓਮ ਬਿਰਲਾ ਹੋਰਾਂ ਨੂੰ ਸ਼ਿਕਾਇਤ ਦੇ ਰੂਪ ਦੇ ਵਿੱਚ ਦਿੱਤੀ ਆ। ਉਹ ਕਹਿੰਦੇ ਵੀ ਰਾਹੁਲ ਗਾਂਧੀ ਦਾ ਵਿਹਾਰ ਸੱਭਿਅਕ ਨਹੀਂ, ਰਾਹੁਲ ਗਾਂਧੀ ਹੋਰੀ ਜਿਹੜੇ ਉਹ ਔਰਤਾਂ ਦੇ ਬਾਰੇ ਮਾੜੀ ਸੋਚ ਰੱਖਦੇ ਆ, ਰਾਹੁਲ ਗਾਂਧੀ ਹੋਰੀ ਜਾਣ ਬੁੱਝ ਕੇ ਸ਼ਰਾਰਤਾਂ, ਗੰਦੀਆਂ ਹਰਕਤਾਂ ਕਰਦੇ, ਅਸ਼ਲੀਲ ਹਰਕਤਾਂ ਕਰਦੇ ਆ, ਤੇ ਰਾਹੁਲ ਗਾਂਧੀ ਨੇ ਜਾਂਦੇ ਜਾਂਦੇ ਸਦਨ ਦੇ ਵਿੱਚੋਂ ਸਾਨੂੰ ਫਲਾਇੰਗ ਕਿੱਸਾਂ ਕੀਤੀਆਂ। ਹੁਣ ਇਹਦੀ ਕੋਈ ਵੀਡੀਓ ਹੈ ਨਹੀਂ ਗੀ, ਇਹਦੀ ਜ਼ਬਾਨੀ ਚਰਚਾ ਹੀ ਆ ਵੀ ਭਾਵੇਂ ਉਹ ਕਹਿ ਰਹੇ ਵੀ 25 ਕਿੱਸਾਂ ਕੀਤੀਆਂ ਫਲਾਇੰਗ ਕਿੱਸਾਂ, ਤੇ ਭਾਵੇਂ ਕਹਿਣ ਜੀ 1 ਕੀਤੀ ਤੇ ਭਾਵੇਂ 5 ਕੀਤੀਆਂ। ਅਸਲ ਦੇ ਵਿੱਚ ਗੱਲ ਇਹ ਆ ਵੀ ਜਦੋਂ ਰਾਹੁਲ ਗਾਂਧੀ ਜਾਣ ਲੱਗਾ ਤਾਂ ਉਹਦੇ ਹੱਥ ਦੇ ਵਿੱਚੋਂ ਫਾਈਲਾਂ ਡਿੱਗ ਪਈਆਂ, ਜਦੋਂ ਫਾਈਲਾਂ ਡਿੱਗ ਪਈਆਂ ਉਹਦੇ ਹੱਥ ਦੇ ਵਿੱਚੋਂ ਤਾਂ ਫਿਰ ਜਿਹੜੇ ਵਿਰੋਧੀ ਆ ਜਿਵੇਂ ਟਿਚਰ ਜੀ ਕਰਦੇ ਹੁੰਦੇ, ਉਹਨਾਂ ਨੇ ਹਾਸਾ ਠੱਠਾ ਪਾ ਲਿਆ, ਹੱਸਣ ਲੱਗ ਪਏ। ਰਾਹੁਲ ਗਾਂਧੀ ਨੇ ਨਿਮ ਕੇ ਆਪਣੀਆਂ ਫਾਈਲਾਂ ਚੁੱਕੀਆਂ ਤੇ ਸਾਰਿਆਂ ਦੇ ਵੱਲ ਫਲਾਇੰਗ ਕਿੱਸਾਂ ਕਰਤੀਆਂ 1-2, ਵੀ ਜਿਵੇਂ ਉਹਨਾਂ ਨੂੰ ਕਿਹਾ ਹੋਵੇ ਵੀ ਚਲੋ ਤੁਸੀਂ ਬੋਲੀ ਜਾਓ, ਤੁਸੀਂ ਜੋ ਕਰਨਾ ਕਰੀ ਚੱਲੋ, ਆਹ ਲਓ ਜੀ ਮੇਰੇ ਵੱਲੋਂ ਤਾਂ ਫਿਰ ਤੁਹਾਨੂੰ ਐਂ ਆ, ਕੁਛ ਵੀ ਉਹਨਾਂ ਨੇ ਭਾਵਨਾ ਹੋ ਸਕਦੀ ਹੈ। ਪਰ ਇਹਦਾ ਮੁੱਦਾ ਇਹ ਬਣ ਗਿਆ ਜੀ ਕਿ ਉਹਨੇ ਤਾਂ ਜੀ ਜਾਣ ਬੁੱਝ ਕੇ ਔਰਤਾਂ ਦੇ ਵੱਲ ਆਹ ਕੁਝ ਕੀਤਾ, ਇਹਨੂੰ ਔਰਤਾਂ ਦਾ ਸਤਿਕਾਰ ਨਹੀਂ ਪਤਾ ਹੈਗਾ। ਮੇਰੇ ਮਨ ਦੇ ਵਿੱਚ ਬੜੀ ਹੈਰਾਨੀ ਆਈ ਇਸ ਗੱਲ ਦੇ ਉੱਤੇ। ਮੈਂ ਕਿਹਾ ਜਦੋਂ ਫਿਲਮੀ ਕਲਾਕਾਰ ਲੋਕਾਂ ਦੇ ਵੱਲ ਫਲਾਇੰਗ ਕਿਸ ਕਰਦੇ ਆ, ਇਹਦਾ ਮਤਲਬ ਉਹਨਾਂ ਦਾ ਚਰਿੱਤਰ ਗੰਦਾ ਹੁੰਦਾ, ਤੇ ਇਹਦਾ ਮਤਲਬ ਉਹ ਮਾੜੀ ਅੱਖ ਰੱਖਦੇ ਹੁੰਦੇ ਉਹਨਾਂ ਪ੍ਰਸ਼ੰਸਕਾਂ ਦੇ ਉੱਤੇ। ਜਦੋਂ ਕਿਤੇ ਵੀ ਜਾਂਦੇ ਆਪਾਂ ਤੇ ਅਸੀਂ ਦੇਖਦੇ ਹਾਂ ਵੱਡੇ ਵੱਡੇ ਲੋਕ ਆ ਜਿਹੜੇ ਉਹ ਆਪਦੇ ਘਰ ਦੀ ਬਾਲਕੋਨੀ ਦੇ ਵਿੱਚ ਛੱਤ ਦੇ ਉੱਤੇ ਖੜ ਕੇ ਤੇ ਥੱਲੇ ਸੜਕ ਦੇ ਉੱਤੇ ਆਏ ਪ੍ਰਸ਼ੰਸਕਾਂ ਦਾ ਪਿਆਰ ਕਬੂਲਦੇ ਆ, ਤੇ ਇਸ ਤਰੀਕੇ ਦੇ ਨਾਲ ਹੀ ਕਰਦੇ ਜੇ ਹੁੰਦੇ ਆ, ਹਵਾਈ ਚੁੰਮਣ ਜਾਂ ਸੁੱਟਦੇ ਹੁੰਦੇ ਆ, ਇਹਦਾ ਮਤਲਬ ਉਹਨਾਂ ਦਾ ਚਰਿੱਤਰ ਖਰਾਬ ਹੁੰਦਾ। ਇਹ ਮੁੱਦਾ ਨਹੀਂ ਸੀ, ਮੁੱਦਾ ਤਾਂ ਇਹ ਹੈ ਹੀ ਨਹੀਂ ਗਾ, ਇਹਦੀ ਕੋਈ ਵੀਡੀਓ ਵੀ ਹੈ ਨਹੀਂ ਗੀ। ਤੇ ਕੱਲ ਅਨਿਲ ਵਿੱਚ ਜਿਹੜੇ ਹਰਿਆਣੇ ਦੇ ਗ੍ਰਹਿ ਮੰਤਰੀ ਆ, ਉਹਨਾਂ ਨੇ ਕਿਹਾ ਜੀ ਕਹਿੰਦੇ ਦੇਖੋ ਜੀ ਇਹ ਬੰਦਾ ਕਦੇ ਤਾਂ ਪਾਰਲੀਮੈਂਟ 'ਚ ਬੈਠ ਕੇ ਅੱਖ ਮਾਰਦਾ, ਕਦੇ ਇਹ ਫਲਾਇੰਗ ਕਿਸ ਕਰਦਾ, ਇਹਦਾ ਕਿਰਦਾਰ ਹੀ ਮਾੜਾ। ਇੱਥੋਂ ਪਤਾ ਲੱਗਦਾ ਕਿ ਇਸ ਬੰਦੇ ਦਾ ਕਿਰਦਾਰ ਮਾੜਾ। ਮੈਂ ਮਨ 'ਚ ਸੋਚਿਆ ਯਾਰ ਛੱਜ ਤਾਂ ਬੋਲੇ, ਛਾਨਣੀ ਵੀ ਬੋਲੇ, ਹੁਣ ਬੀਜੇਪੀ ਦੇ ਇਹ ਨੇਤਾ ਵੀ ਬੋਲਣਗੇ, ਕਿਉਂਕਿ ਇਹਨਾਂ ਦੀ ਪਾਰਟੀ ਦੇ ਹੀ ਬੀਜੇਪੀ ਦੇ ਮੰਤਰੀ ਸੰਦੀਪ ਸਿੰਘ ਦੇ ਉੱਤੇ ਇੱਕ ਔਰਤ ਕੋਚ ਨੇ ਦੋਸ਼ ਇਹ ਲਾਏ
ਵੀ ਸਾਨੂੰ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਤੇ ਉਹ ਗੱਲ ਕਹਿੰਦੇ ਸੀ ਵੀ ਕੰਮ ਬਦਲੇ ਸਮਝੌਤਾ ਤੇ ਮੈਂ ਕਿਹਾ ਜੀ ਉਦੋਂ ਕਿਰਦਾਰ ਚੰਗਾ ਸੀ ਜਦੋਂ ਆ ਬ੍ਰਿਜ ਭੂਸ਼ਣ ਦੇ ਉੱਤੇ ਰੈਸਲਰ ਕੁੜੀਆਂ ਨੇ ਦੋਸ਼ ਲਾਏ ਵੀ ਭਾਈ ਇਹਨੇ ਸਾਡਾ ਸ਼ੋਸ਼ਣ ਕੀਤਾ ਤੇ ਉਦੋਂ ਭਾਈ ਕਿਰਦਾਰ ਬਹੁਤ ਚੰਗਾ ਸੀ ਸੋ ਮੈਂ ਨਹੀਂ ਕਹਿੰਦਾ ਮੈਂ ਵਕਾਲਤ ਨਹੀਂ ਕਰਦਾ ਰਾਹੁਲ ਗਾਂਧੀ ਦੀ ਪਰ ਹੋ ਸਕਦਾ ਉਹਦੀ ਮਾੜੀ ਭਾਵਨਾ ਨਾ ਹੋਵੇ ਤੇ ਜੇ ਉਹਦੀ ਕੋਈ ਗੰਦੀ ਭਾਵਨਾ ਹੋਵੇ ਉਹਨੇ ਪਾਰਲੀਮੈਂਟ ਦੇ ਵਿੱਚ ਹੀ ਪੇਸ਼ ਕਰਨੀ ਸੀ ਸਵਾਲ ਤਾਂ ਇਹ ਪੈਦਾ ਹੁੰਦਾ ਸੋ ਕੱਲ੍ਹ ਮੁੱਦਾ ਬਹੁਤ ਵੱਡਾ ਬਣਿਆ ਇਹਦੇ ਉੱਤੇ ਕੀ ਕਾਰਵਾਈ ਕਰਨਗੇ ਸਪੀਕਰ ਸਾਹਿਬ ਕੀ ਨਹੀਂ ਕਰਨਗੇ ਇਹ ਹੁਣ ਸਮਾਂ ਦੱਸੂਗਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਕਹਿਣਾ ਸਾਹਿਬ, ਪਤਾ ਨਹੀਂ ਕਿਹੜੇ ਮੁੱਦੇ ਬਣਾ ਕੇ ਬੈਠ ਜਾਂਦੇ ਨੇ ਉੱਥੇ ਔਰ ਕਿਹੜੇ ਮੁੱਦੇ ਇਹਨਾਂ ਨੂੰ ਅਸਲ ਦੇ ਵਿੱਚ ਜਿਨ੍ਹਾਂ ਦੇ ਬਾਬਤ ਗੱਲ ਕਰਨੀ ਚਾਹੀਦੀ ਹੈ। ਖੈਰ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਹੁਣ ਕੇਜਰੀਵਾਲ ਹੋਰਾਂ ਦੀ। ਕਹਿੰਦੇ ਕੇਜਰੀਵਾਲ ਹੋਰਾਂ ਨੇ ਚਿੱਠੀ ਲਿਖ ਕੇ ਦਿੱਲੀ ਸਰਵਿਸ ਬਿੱਲ ਦਾ ਵਿਰੋਧ। ਹਾਂ ਬਿਲਕੁਲ ਜੀ ਬਿਲਕੁਲ, ਪਤਾ ਲੱਗਾ ਜੀ ਕਿ ਕੇਜਰੀਵਾਲ ਹੋਰਾਂ ਦੇ ਵੱਲੋਂ ਦਿੱਲੀ ਸਰਵਿਸ ਵਿਰੋਧ, ਦਿੱਲੀ ਸਰਵਿਸ ਬਿੱਲ ਦੇ ਹੱਕ ਦੇ ਵਿੱਚ ਜਿਹੜੇ ਆ ਵੋਟ ਪਾਉਣ ਵਾਲੇ ਉਹਨਾਂ ਲੋਕਾਂ ਦੇ ਬਾਰੇ ਵੀ ਗੱਲ ਕੀਤੀ ਤੇ ਜਿਨ੍ਹਾਂ ਨੇ ਵਿਰੋਧ ਦੇ ਵਿੱਚ ਵੋਟ ਪਾਈ ਆ ਉਹਨਾਂ ਦੇ ਬਾਰੇ ਵੀ ਗੱਲ ਕੀਤੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਮਾਮਲੇ ਦੇ ਉੱਤੇ ਸਾਨੂੰ ਜ਼ਰੂਰ ਸਟੈਂਡ ਲੈਣਾ ਚਾਹੀਦਾ ਸੀ ਤੇ ਉਹਨਾਂ ਨੇ ਕਿਹਾ ਜੀ ਕਿ ਜਿਹਨਾਂ ਜਿਹਨਾਂ ਨੇ ਸਟੈਂਡ ਲਿਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਅਸਲ ਦੇ ਵਿੱਚ ਜਿਹੜਾ ਆਰਡੀਨੈਂਸ ਲਿਆਂਦਾ ਗਿਆ ਸੀਗਾ ਉਸ ਆਰਡੀਨੈਂਸ ਦੇ ਵਿੱਚ ਗੱਲ ਇਹ ਸ਼ਾਮਿਲ ਸੀ ਕਿ ਦਿੱਲੀ ਦੇ ਉਪ ਰਾਜਪਾਲ ਦੇ ਕੋਲ ਦਿੱਲੀ ਦੇ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਦੇ ਅਧਿਕਾਰ ਆ ਤੇ ਇਹ ਦਿੱਲੀ ਦੀ ਸਰਕਾਰ ਦੇ ਕੋਲ ਨਹੀਂ, ਦਿੱਲੀ ਦੇ ਉਪ ਰਾਜਪਾਲ ਦੇ ਕੋਲ ਆ। ਉਸ ਤੋਂ ਬਾਅਦ ਕੇਜਰੀਵਾਲ ਨੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਸੀ ਵੀ ਰਾਜ ਸਭਾ ਦੇ ਵਿੱਚ ਆਪਾਂ ਇਸ ਬਿੱਲ ਦਾ ਵਿਰੋਧ ਕਰਨਾ। ਕਈਆਂ ਨੇ ਵਿਰੋਧ ਕੀਤਾ ਵੀ, ਕੇਜਰੀਵਾਲ ਦੇ ਹੱਕ ਦੇ ਵਿੱਚ ਵੀ ਖੜੇ, ਪਰ ਇਹ ਬਿੱਲ ਆ ਜਿਹੜਾ ਇਹ ਲੋਕ ਸਭਾ ਦੇ ਵਿੱਚ ਵੀ ਪਾਸ ਹੋ ਗਿਆ, ਇਹ ਰਾਜਪਾਲ ਜਿਹੜਾ ਉਹ ਰਾਜ ਸਭਾ ਦੇ ਵਿੱਚ ਵੀ ਪਾਸ ਹੋ ਗਿਆ। ਹੁਣ ਕੇਜਰੀਵਾਲ ਹੋਰਾਂ ਦੇ ਵੱਲੋਂ ਉਹਨਾਂ ਸਾਰੇ ਹੀ ਨੇਤਾਵਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਬਿੱਲ ਦੇ ਵਿਰੋਧ ਦੇ ਵਿੱਚ ਵੋਟ ਪਾਈ ਆ। ਉਹਨਾਂ ਨੇ ਕਿਹਾ ਜੀ ਕਿ ਭਾਵੇਂ ਕਿ ਅਸੀਂ ਸਫਲ ਨਹੀਂ ਹੋਏ, ਭਾਵੇਂ ਕਿ ਇਹ ਬਿੱਲ ਪਾਸ ਹੋ ਗਿਆ, ਪਰ ਤੁਸੀਂ ਇਸ ਬਿੱਲ ਦੇ ਖਿਲਾਫ਼ ਭੁਗਤੇ ਹੋ, ਤੁਸੀਂ ਸਾਡੇ ਹੱਕ ਦੀ ਗੱਲ ਕੀਤੀ ਆ, ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸਲ ਦੇ ਵਿੱਚ ਇਹ ਦਿੱਲੀ ਦੇ ਅਧਿਕਾਰਾਂ ਤੇ ਜਿਹੜੀਆਂ ਤਾਕਤਾਂ ਖੋਣ ਦੇ ਖਿਲਾਫ਼ ਤੁਸੀਂ ਵੋਟ ਪਾਈ ਆ ਤੇ ਤੁਹਾਡਾ ਦਿਲੀ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਇੱਕ ਉਦਾਹਰਨ ਵੀ ਦਿੱਤੀ ਆ ਕਿ ਉਮਰ ਦੇ ਇਸ ਪੜਾਅ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਨੇ ਜਿਹੜੇ ਉਹ ਫਿਰ ਵੀ ਆਏ ਆ ਵੋਟ ਪਾਉਣ ਦੇ ਲਈ, ਕਿਉਂਕਿ ਉਹਨਾਂ ਨੇ ਇਹ ਸੋਚਿਆ ਜੀ ਕਿ ਦੇਖੋ ਦਿੱਲੀ ਦੇ ਵਿੱਚ ਧੱਕਾ ਕੀਤਾ ਜਾ ਰਿਹਾ ਤੇ ਇਸ ਗੱਲ ਨੂੰ ਸਮਝਣ ਦੀ ਉਹਨਾਂ ਨੇ ਕਿਹਾ ਲੋੜ ਆ ਵੀ ਇੱਥੇ ਕਿਸ ਤਰੀਕੇ ਦੇ ਨਾਲ ਜ਼ਿਆਰਤੀਆਂ ਕੀਤੀਆਂ ਜਾ ਰਹੀਆਂ। ਸੋ ਉਹਨਾਂ ਨੇ ਸ਼ੁਕਰਾਨਾ ਅਦਾ ਕੀਤਾ ਵੀ ਭਾਈ ਸਭ ਦਾ ਹੀ ਸ਼ੁਕਰੀਆ ਜਿਨ੍ਹਾਂ ਦੇ ਵੱਲੋਂ ਕਿ ਆਹ ਸਾਰਾ ਉਦਮ ਕੀਤਾ ਗਿਆ, ਜਿਨ੍ਹਾਂ ਨੇ ਸਾਡੇ ਹੱਕ ਦੇ ਵਿੱਚ ਬੋਲਿਆ, ਉਹਨਾਂ ਨੇ ਇਹ ਗੱਲ ਕਹੀ ਹੈ ਜੀ। ਜੀ ਬਿਲਕੁਲ ਕਹਿਣਾ ਸਾਹਿਬ, ਅੱਗੇ ਵੱਧਦੇ ਹਾਂ ਹੁਣ ਗੱਲ ਕਰਦੇ ਹਾਂ ਜੀ ਆਪਾਂ ਪੰਜਾਬ ਦੀ। ਕਹਿੰਦੇ ਪੰਜਾਬ ਬੰਦ ਦੌਰਾਨ ਕੋਟ ਈਸੇ ਖਾਂ ਦੇ ਵਿੱਚ ਗੋਲੀ ਚੱਲੀ ਜਿਹਦੇ ਕਰਕੇ ਇੱਕ ਜ਼ਖਮੀ ਹੋ ਗਿਆ। ਬਿਲਕੁਲ ਜੀ ਬਿਲਕੁਲ, ਅਸਲ ਦੇ ਵਿੱਚ ਲੰਘੇ ਕੱਲ ਪੰਜਾਬ ਬੰਦ ਦਾ ਸੱਦਾ ਸੀਗਾ ਤੇ ਪੰਜਾਬ ਬੰਦ ਦੇ ਸੱਦੇ ਦੇ ਵਿੱਚ ਕਈ ਕੁਝ ਦੇਖਣ ਨੂੰ ਮਿਲਿਆ। ਦੁਆਬੇ ਦੇ ਵਿੱਚ ਪੰਜਾਬ ਬੰਦ ਨੂੰ ਚੰਗਾ ਹੁੰਗਾਰਾ ਮਿਲਿਆ, ਮਾਲਵੇ ਦੇ ਵਿੱਚ ਕੋਈ ਹੁੰਗਾਰਾ ਨਹੀਂ ਮਿਲਿਆ, ਕਿਉਂਕਿ ਦੁਆਬੇ ਦੇ ਵਿੱਚ ਦਲਿਤ ਭਾਈਚਾਰੇ ਜਿਹੜੀਆਂ ਜਥੇਬੰਦੀਆਂ ਵੱਧ ਸਰਗਰਮਾ, ਮਾਲਵੇ ਦੇ ਵਿੱਚ ਓਨੀਆਂ ਨਹੀਂ ਹੈਗੀਆਂ। ਉਸ ਤੋਂ ਅਗਲੀ ਗੱਲ ਇਹ ਆ ਵੀ ਦੁਆਬੇ ਦੇ ਵਿੱਚ ਖਾਸ ਕਰਕੇ ਜਲੰਧਰ ਤੇ ਹੁਸ਼ਿਆਰਪੁਰ ਆ ਜਿਹੜਾ ਇੱਥੇ ਬੰਦ ਦਾ ਅਸਰ ਵੱਧ ਦੇਖਣ ਨੂੰ ਮਿਲਿਆ। ਬੰਦ ਇਹ ਕੀਤਾ ਗਿਆ ਸੀ ਇਸ ਕਰਕੇ, ਕਾਲ ਇਸ ਕਰਕੇ ਕੀਤੀ ਗਈ ਸੀ ਕਿਉਂਕਿ ਮਣੀਪੁਰ ਦੇ ਵਿੱਚ ਔਰਤਾਂ ਨਾਲ ਜ਼ਿਆਦਤੀ ਹੋਈ ਆ, ਕਿਉਂਕਿ ਉੱਥੇ ਔਰਤਾਂ ਨਾਲ ਧੱਕਾ ਹੋਇਆ ਤੇ ਹਿੰਸਕ ਝੜਪਾਂ ਵੀ ਹੋਈਆਂ, ਹਿੰਸਕ ਘਟਨਾਵਾਂ ਹੋਈਆਂ ਤੇ ਕੇਂਦਰ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕੋਈ ਢੁੱਕਵੀਂ ਕਾਰਵਾਈ ਹਾਲੇ ਤੱਕ ਕੀਤੀ ਨਹੀਂ ਗਈ। ਸੋ ਜਲੰਧਰ ਦੇ ਵਿੱਚ ਈਸਾਈ ਭਾਈਚਾਰੇ ਦੇ ਵੱਲੋਂ, ਦਲਿਤ ਭਾਈਚਾਰੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਵੱਲੋਂ ਤੇ ਇਸ ਬੰਦ ਦਾ ਸੱਦਾ ਦਿੱਤਾ ਗਿਆ ਸੀ, ਪਰ ਇਸ ਸੱਦੇ ਦੇ ਵਿੱਚ ਲੰਘੇ ਕੱਲ ਲੋਕ ਖੱਜਲ ਵੀ ਹੋਏ ਆ, ਲੋਕਾਂ ਨੂੰ ਆਉਣ ਜਾਣ ਦੇ ਵਿੱਚ ਸੜਕਾਂ ਦੇ ਉੱਤੇ ਤਕਲੀਫ਼ ਵੀ ਹੋਈ ਆ, ਕਿਉਂਕਿ ਹਾਈਵੇ ਵੀ ਰੋਕੇ ਗਏ ਸੀ ਤੇ ਬਾਜ਼ਾਰਾਂ ਨੂੰ ਵੀ ਬੰਦ ਕੀਤਾ ਗਿਆ ਸੀ। ਲੰਘੇ ਕੱਲ ਜਲੰਧਰ ਦੇ ਕਪੂਰਥਲਾ ਚੌਂਕ ਦੇ ਵਿੱਚ ਪਤਾ ਲੱਗਾ ਜੀ ਕਿ ਇੱਥੇ ਇੱਕ ਸਕਾਰਪੀਓ ਗੱਡੀ ਨੂੰ ਰੋਕਿਆ ਗਿਆ ਪ੍ਰਦਰਸ਼ਨਕਾਰੀਆਂ ਦੇ ਵੱਲੋਂ, ਉਹਦੇ ਵੱਲੋਂ ਜਿਹੜਾ ਗੱਡੀ ਰੋਕ ਵੀ ਲਈ ਗਈ ਸੀ ਉਹਨੂੰ ਰੋਕਿਆ ਗਿਆ ਵੀ ਭਾਈ ਤੂੰ ਇੱਧਰ ਦੀ ਨਹੀਂ ਜਾ ਸਕਦਾ। ਅਚਾਨਕ ਉਹਦੇ ਵੱਲੋਂ ਗਲਤੀ ਦੇ ਨਾਲ ਐਕਸੀਲੇਟਰ ਦੇ ਉੱਤੇ ਪੈਰ ਰੱਖ ਦਿੱਤਾ ਗਿਆ ਗਲਤੀ ਦੇ ਨਾਲ। ਉਸ ਤੋਂ ਬਾਅਦ ਗੱਡੀ ਆ ਜਿਹੜੀ ਉਹ ਪ੍ਰਦਰਸ਼ਨਕਾਰੀਆਂ ਦੇ ਉੱਤੇ ਚੜ ਗਈ, ਦੋ ਜਣੇ ਜ਼ਖਮੀ ਹੋ ਗਏ ਆ, ਇੱਕ ਦੀ ਧੌਣ ਤੇ ਸੱਟ ਲੱਗੀ ਆ, ਇੱਕ ਦੇ ਹੋਰ ਸੱਟ ਲੱਗੀ ਆ। ਇਸੇ ਤਰੀਕੇ ਨਾਲ ਮੋਗਾ ਦੇ ਕੋਟ ਈਸੇ ਖਾਂ ਕਸਬਾ ਜਿਹੜਾ ਉੱਥੇ ਵੀ ਇੱਕ ਘਟਨਾ ਵਾਪਰੀ ਆ। ਉੱਥੇ ਪ੍ਰਦਰਸ਼ਨਕਾਰੀ ਆ ਜਿਹੜੇ ਉਹ ਦੁਕਾਨਾਂ ਬੰਦ ਕਰਵਾਉਂਦੇ ਸੀ, ਦੁਕਾਨਾਂ ਜਾ ਕੇ ਬੰਦ ਕਰਵਾਉਂਦੇ ਸੀ ਤੇ ਉੱਥੇ ਪਤਾ ਲੱਗਾ ਜੀ ਕਿ ਜਦੋਂ ਉੱਥੇ ਰੌਲਾ ਪਿਆ ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਇੰਨੀ ਦੁਕਾਨਾਂ ਬੰਦ ਕਰਨੀਆਂ ਵੀ ਨਿੱਤ ਦਾ ਹੀ ਕੰਮ ਹੈ ਇਹ, ਅਸੀਂ ਆਪਦਾ ਰੋਟੀ ਨਹੀਂ ਕਮਾਉਣੀ। ਇਹ ਪ੍ਰਦਰਸ਼ਨਕਾਰੀ ਕਹਿੰਦੇ ਵੀ ਬੰਦ ਕਰਨੀਆਂ ਪੈਣੀਆਂ, ਉਹ ਕਹਿੰਦੇ ਨਹੀਂ ਕਰਨੀਆਂ। ਇੱਕ ਮੋਬਾਈਲਾਂ ਦੀ ਦੁਕਾਨ ਵਾਲਾ ਉਹਨੇ ਦਰਾਜ ਦੇ ਵਿੱਚੋਂ ਪਿਸਤੌਲ ਚੱਕਿਆ ਤੇ ਗੋਲੀ ਚਲਾਤੀ ਤੇ ਉਹ ਇੱਕ ਪ੍ਰਦਰਸ਼ਨਕਾਰੀ ਦੇ ਵੱਜੀ, ਉਹਨੂੰ ਫਿਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਯਾਨੀ ਕਿ ਇਹੋ ਜਿਹੀਆਂ ਵੀ ਛਿਟਪੁੱਟ ਘਟਨਾਵਾਂ ਕੱਲ੍ਹ ਸਾਹਮਣੇ ਆਈਆਂ, ਪਰ ਕੁੱਲ ਮਿਲਾ ਕੇ ਇਸ ਬੰਦ ਦਾ ਰਲਵਾਂ ਮਿਲਵਾਂ ਅਸਰ ਦੇਖਣ ਨੂੰ ਮਿਲਿਆ
ਜੇ ਆਪਾਂ ਇਹ ਗੱਲ ਕਹਿ ਦਈਏ ਵੀ ਬਹੁਤ ਜ਼ਬਰਦਸਤ ਹੁੰਗਾਰਾ ਮਿਲਿਆ, ਇਹ ਵੀ ਨਹੀਂ ਸੀ। ਜੇ ਆਪਾਂ ਕਹਿ ਦਈਏ ਸਫਲ ਨਹੀਂ ਹੋਇਆ ਤਾਂ ਇਹ ਵੀ ਨਹੀਂ ਗੱਲ। ਜੀ ਅੱਗੇ ਵੱਧਦੇ ਹਾਂ, ਹੁਣ ਗੱਲ ਕਰਦੇ ਹਾਂ ਜੀ ਸੁਨੀਲ ਜਾਖੜ ਹੋਰਾਂ ਦੀ। ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ, ਕਹਿੰਦੇ ਪੰਜਾਬ ਦੇ ਵਿੱਚ ਜਿਹੜਾ ਕਾਨੂੰਨ ਵਿਵਸਥਾ ਇਹਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ। ਹਾਂ ਬਿਲਕੁਲ ਜੀ, ਦੇਖੋ ਸੁਨੀਲ ਜਾਖੜ ਹੋਰੀ ਇਹ ਗੱਲ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਭੱਠਾ ਬਹਿ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਬਦ ਤੋਂ ਬਦਤਰ ਹੋਏ ਪਏ ਆ, ਪੰਜਾਬ ਦੇ ਵਿੱਚ ਹਾਲਾਤ ਬੜੇ ਚਿੰਤਾਜਨਕ ਹੋਏ ਪਏ ਆ। ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਪਰਿਸਥਿਤੀਆਂ ਜਿਹੜੀਆਂ ਉਹ ਕਾਨੂੰਨ ਵਿਵਸਥਾ ਦੇ ਪੱਖ ਤੋਂ ਬਿਲਕੁਲ ਹਿੱਲੀਆਂ ਪਈਆਂ। ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਜੇਕਰ ਆਪਾਂ ਦੇਖਦੇ ਹਾਂ ਵੀ ਥਾਣਿਆਂ ਦੇ ਵੱਲ, ਤਾਂ ਥਾਣਿਆਂ ਦੇ ਵਿੱਚ ਬਿਲਕੁਲ ਨਕੁਲ ਨਕ ਭਰੇ ਪਏ ਆ। ਹਰ ਰੋਜ਼ ਆ ਜਿਹੜਾ ਉਹ ਕੋਈ ਨਾ ਕੋਈ ਕਤਲ ਹੁੰਦਾ, ਹਰ ਰੋਜ਼ ਲੁੱਟਾਂ ਖੋਹਾਂ, ਹਰ ਰੋਜ਼ ਡਾਕੇ, ਹਰ ਰੋਜ਼ ਫਰੌਤਗਾਂ ਮੰਗੀਆਂ ਜਾ ਰਹੀਆਂ, ਹਰ ਰੋਜ਼ ਅਨੈਤਿਕ ਕੰਮ ਹੋ ਰਹੇ ਆ। ਤੇ ਸੂਬੇ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੇ ਵਿੱਚ ਯੋਗਦਾਨ ਨਹੀਂ ਪਾਇਆ ਗਿਆ, ਇਹਨਾਂ ਦੇ ਹੱਥ ਵਸ ਦੇ ਵਿੱਚ ਗੱਲ ਹੈ ਨਹੀਂ। ਸੋ ਉਹਨਾਂ ਨੇ ਆਹ ਗੱਲਾਂ ਕਹੀਆਂ। ਦੇਖੋ ਜੇ ਤਾਂ ਆਪਾਂ ਇਹ ਸੋਚ ਗਏ ਵੀ ਭਾਈ ਉਹ ਵਿਰੋਧੀ ਪਾਰਟੀ ਵਾਲੇ ਆ, ਫਿਰ ਤਾਂ ਗੱਲ ਚੱਲੀ ਜਾਂਦੀ ਆ, ਇਹ ਤਾਂ ਚੱਲੀ ਜਾਣੀ ਆ। ਪਰ ਜੇ ਆਪਾਂ ਓਵਰਆਲ ਦੇਖੀਏ ਤਾਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਫਰੌਤੀਆਂ ਮੰਗਣਾ ਜਾਂ ਧਮਕੀਆਂ ਦੇਣਾ ਜਾਂ ਪੈਸੇ ਲੁੱਟਣਾ, ਇਹ ਇੱਕ ਆਮ ਜੀ ਗੱਲ ਬਣੀ ਪਈ ਹੈ। ਸੋ ਗੱਲ ਇਹ ਜੀ ਕਿ ਇਸ ਵੇਲੇ ਇਨਸਾਫ਼ ਦੀ ਗੱਲ ਤਾਂ ਹੋਊਗੀ ਜੇਕਰ ਇਸ ਵੇਲੇ ਪੁਲਿਸ ਦੇ ਕੋਲੇ ਤਾਕਤਾਂ ਹੋਣਗੀਆਂ, ਤੇ ਪੁਲਿਸ ਦੇ ਕੋਲੇ ਜੇਕਰ ਤਾਕਤਾਂ ਹੈਗੀਆਂ ਤੇ ਪੁਲਿਸ ਉਹਨਾਂ ਤਾਕਤਾਂ ਦੀ ਸਹੀ ਤਰੀਕੇ ਨਾਲ ਵਰਤੋਂ ਕਰੂਗੀ। ਤਾਂ ਹੁਣ ਦੇਖੋ ਪੁਲਿਸ ਵਾਲਿਆਂ ਦੇ ਕੋਲੋਂ ਵੀ ਨਸ਼ਾ ਮਿਲਦਾ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਦੇਖੋ ਇੱਕ ਸੀਨੀਅਰ ਪੁਲਿਸ ਅਧਿਕਾਰੀ ਆ ਤੇ ਉਹਦੇ ਮਗਰ ਵਿਜੀਲੈਂਸ ਲੱਗੀ ਸੀ, ਉਹਨੇ 10,000 ਰੁਪਏ ਦੀ ਰਿਸ਼ਵਤ ਲਈ। ਰਿਸ਼ਵਤ ਉਹਨੇ ਤਾਂ ਲਈ ਕਿਸੇ ਬੰਦੇ ਦੇ ਕੋਲੋਂ ਵੀ ਮੈਂ ਤੇਰੇ ਪੁੱਤ ਦਾ ਨਾਂ ਜਿਹੜਾ ਉਹ ਪਰਚੇ ਦੇ ਵਿੱਚੋਂ ਕੱਢ ਦੂੰਗਾ। 50,000 ਰੁਪਏ 'ਚ ਗੱਲ ਹੋਈ, 10,000 ਰੁਪਇਆ ਪਹਿਲਾਂ ਲਿਆ ਸੀ, 10 ਉਹ ਹੁਣ ਦੇਣਾ ਆਇਆ ਸੀ। ਉਹਨੇ ਵਿਜੀਲੈਂਸ ਨੂੰ ਦੱਸਤਾ। ਜਦੋਂ ਉਹਨੇ ਦੇਖਿਆ, ਉਹਨੇ SHO ਥਾਣੇਦਾਰ ਨੇ ਵੀ ਭਾਈ ਇਹ ਤਾਂ ਵਿਜੀਲੈਂਸ ਨੂੰ ਨਾਲ ਲੈ ਕੇ ਆਇਆ, ਤੇ ਉਹ ਆਪਦੀ ਗੱਡੀ ਨੂੰ ਮਾਰ ਕੇ ਸਿਲਫ ਤੇ ਭੱਜ ਪਿਆ। ਰਾਹ ਦੇ ਵਿੱਚ ਗੱਡੀ ਛੱਡ ਕੇ ਤੇ ਉਹ ਕਿਤੇ ਪਤਲੀ ਗਲੀ ਦੇ ਵਿੱਚ ਨਹੀਂ ਕਿਤੇ ਹੋਰ ਭੱਜ ਗਿਆ, ਸਕੂਟਰੀ ਸਕਟਰੀ ਤੇ ਨਿਕਲ ਗਿਆ। ਤੇ ਵਿਜੀਲੈਂਸ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ, ਉਹਦੇ ਵਿੱਚੋਂ ਭੁੱਕੀ ਵੀ ਮਿਲੀ ਆ, ਉਹਦੇ ਵਿੱਚੋਂ ਅਫੀਮ ਵੀ ਮਿਲੀ ਆ, ਪੈਸੇ ਵੀ ਮਿਲੇ ਆ। ਸੋ ਦੇਖੋ ਜੇਕਰ ਪੁਲਿਸ ਵਾਲੇ ਆਪ ਆਹ ਕੁਝ ਕਰਨਗੇ ਤੇ ਫਿਰ ਆਪਾਂ ਕਿਵੇਂ ਕਹਾਂਗੇ ਵੀ ਭਾਈ ਕਾਨੂੰਨ ਦੀ ਰਾਖੀ ਹੋ ਸਕਦੀ ਆ? ਕਾਨੂੰਨ ਦੀ ਰਾਖੀ ਤਾਂ ਪੁਲਿਸ ਦੇ ਰਾਹੀਂ ਹੀ ਹੋ ਸਕਦੀ ਆ ਨਾ, ਤੇ ਪੁਲਿਸ ਆਪ ਇਹੋ ਜਿਹੇ ਕੰਮ ਕਰੀ ਜਾਂਦੀ ਆ। ਸੋ ਸਵਾਲ ਇਹ ਪੈਦਾ ਹੁੰਦਾ ਵੀ ਤਾਣੀ ਉਲਝੀ ਪਈ ਆ, ਤੰਦ ਨਹੀਂ ਅਸਲ ਦੇ ਵਿੱਚ ਤਾਣੀ ਉਲਝੀ ਪਈ ਆ, ਚੋਰ ਕੁੱਤੀ ਰਲੇ ਹੋਏ ਆ, ਵਾੜ ਖੇਤ ਨੂੰ ਖਾਈ ਜਾਂਦੀ ਆ, ਕਿਹਨੂੰ ਚੰਗਾ ਕਹਿੰਗੇ ਤੇ ਕਿਹਨੂੰ ਮਾੜਾ ਕਹਿੰਗੇ, ਲਗਭਗ ਸਾਰੇ ਇੱਕੋ ਜਿਹੇ ਲੱਗਣ ਲੱਗ ਪਏ ਹੁਣ। ਸੋ ਦੇਖਦੇ ਭਾਈ ਅਗਲਾ ਵੇਰਵਾ ਕੀ ਸਾਹਮਣੇ ਆਉਂਦਾ, ਪਰ ਵਿਰੋਧੀ ਪਾਰਟੀਆਂ ਲਗਾਤਾਰ ਇਹ ਗੱਲ ਕਹਿ ਰਹੀਆਂ ਵੀ ਪੰਜਾਬ ਦੇ ਵਿੱਚ ਮੈਨੇਜਮੈਂਟ ਨਾਂ ਦੀ ਚੀਜ਼ ਕੋਈ ਨਹੀਂ, ਸੂਬੇ ਦੀ ਸਰਕਾਰ ਆ ਜਿਹੜੀ ਉਹ ਕਹਿਣੀ ਤੇ ਕਰਨੀ ਦੀ ਪੂਰੀ ਨਹੀਂ ਹੈਗੀ, ਇਹ ਇਸ਼ਤਿਹਾਰਾਂ ਵਾਲੀ ਸਰਕਾਰ ਹੈਗੀ ਆ, ਇਹ ਵੋਟ ਲਵਾਉਣ ਵਾਲੀ ਸਰਕਾਰ ਹੈਗੀ ਆ, ਇਹਨਾਂ ਨੂੰ ਜ਼ਮੀਨੀ ਤੌਰ ਦੇ ਉੱਤੇ ਹਕੀਕਤਾਂ ਦਾ ਪਤਾ ਨਹੀਂ ਹੈਗਾ। ਪਰ ਮੇਰੀ ਬੇਨਤੀ ਉਹਨਾਂ ਨੂੰ ਵੀ ਇਹ ਜਿਹੜੇ ਇਹ ਗੱਲਾਂ ਕਹਿੰਦੇ ਆ ਵੀ ਤੁਹਾਨੂੰ ਜ਼ਮੀਨੀ ਹਕੀਕਤਾਂ ਦਾ ਪਤਾ, ਇਹਨਾਂ ਨੂੰ ਨਹੀਂ ਪਤਾ, ਬਿਲਕੁਲ ਠੀਕ ਆ, ਪਰ ਜਦੋਂ ਤੁਹਾਨੂੰ ਪਤਾ ਤੇ ਫਿਰ ਤੁਸੀਂ ਵੀ ਜ਼ਮੀਨੀ ਤੌਰ ਦੇ ਉੱਤੇ ਕੁਝ ਨਹੀਂ ਕੀਤਾ ਗਾ, ਜਿਹਦੇ ਕਰਕੇ ਲੋਕਾਂ ਨੇ ਤੁਹਾਡੇ ਉੱਤੇ ਭਰੋਸਾ ਤਾਂ ਨਹੀਂ ਪ੍ਰਗਟਾਇਆ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਕਹਿਣਾ ਸਾਹਿਬ। ਤੇ ਇੱਕ ਹੋਰ ਖਬਰ ਜਿਹਦੇ ਬਾਬਤ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਜੀ, ਉਹ ਇੱਕ ਸਕੂਲ ਦੇ ਨਾਲ ਜੁੜੀ ਹੋਈ ਹੈ। ਇਹਨੇ ਸਿੱਖਿਆ ਮੰਤਰੀ ਸਾਹਿਬ ਨੇ ਕੁੜੀਆਂ ਦੇ ਸਕੂਲ ਦੇ ਉੱਪਰ ਛਾਪਾ ਮਾਰਿਆ, ਜਿਸ ਤੋਂ ਬਾਅਦ ਵਿੱਚ ਉੱਥੇ ਜਿਹੜਾ ਪ੍ਰਿੰਸੀਪਲ ਹੈ ਉਹ ਦਾਰੂ ਦੇ ਵਿੱਚ ਟੱਲੀ ਮਿਲਿਆ। ਬਿਲਕੁਲ ਜੀ ਬਿਲਕੁਲ, ਗੱਲ ਇਹ ਜੀ ਕਿ ਪ੍ਰਿੰਸੀਪਲ ਦਾਰੂ ਦੇ ਵਿੱਚ ਟੁੰਨ ਮਿਲਿਆ। ਹੈਰਾਨੀ ਹੋਈ ਹੈ ਇਸ ਗੱਲ ਦੇ ਉੱਤੇ ਕਿ ਸਾਡੇ ਸਕੂਲਾਂ ਦੇ ਪ੍ਰਿੰਸੀਪਲ ਕੰਮ ਕੀ ਕਰਦੇ ਆ। ਮੈਂ ਇਹ ਨਹੀਂ ਗੱਲ ਕਹਿੰਦਾ ਵੀ ਇਕੱਲੇ ਪ੍ਰਿੰਸੀਪਲ, ਦੇਖੋ ਬਹੁਤ ਸਾਰੇ ਇਹੋ ਜਿਹੇ ਪੱਤਰਕਾਰ ਵੀ ਹੋਣਗੇ ਜਿਹੜੇ ਕਿ ਜੋਬ ਤੇ ਜਾਂਦੇ, ਡਿਊਟੀ ਤੇ ਜਾਂਦੇ, ਤਾਂ ਵੀ ਦਾਰੂ ਪੀ ਲੈਂਦੇ ਆ। ਕਈ ਡਾਕਟਰ ਵੀ ਹੈਗੇ ਆ ਜਿਹੜੇ ਕਿ ਡਿਊਟੀ ਸਹੀ ਤਰੀਕੇ ਨਾਲ ਨਹੀਂ ਕਰਦੇ, ਕਈ ਮਾਸਟਰ ਵੀ ਹੈਗੇ ਆ, ਕਈ ਪੁਲਿਸ ਅਧਿਕਾਰੀ ਵੀ ਹੈਗੇ ਆ, ਕਈ ਪਟਵਾਰੀ ਵੀ ਹੈਗੇ ਆ, ਕਈ ਹੋਰ ਮਹਿਕਮਿਆਂ ਵਾਲੇ ਵੀ ਹੋਣਗੇ। ਪਰ ਗੱਲ ਸਿਰਫ ਇੰਨੀ ਹੈ ਕਿ ਡਿਊਟੀ ਨੂੰ ਡਿਊਟੀ ਸਮਝ ਕੇ ਕਰੋ, ਇਮਾਨਦਾਰੀ ਨਾਲ ਕਰੋ, ਧੰਦੇਹੀ ਨਾਲ ਕਰੋ। ਪੰਜਾਬ ਦੇ ਵਿੱਚ ਲੱਖਾਂ ਨੌਜਵਾਨ ਕਾਬਲ ਹੋਣ ਦੇ ਬਾਵਜੂਦ ਰੁਜ਼ਗਾਰ ਤੋਂ ਸੱਖਣੇ ਆ, ਉਹ ਰੁਜ਼ਗਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ, ਪਰ ਫਿਰ ਵੀ ਨਹੀਂ ਮਿਲ ਰਿਹਾ। ਤੇ ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਤੇ ਉਹ ਬੰਦਿਆਂ ਵਾਂਗੂ ਨੌਕਰੀ ਨਾ ਕਰਨ, ਤੇ ਫਿਰ ਤਾਂ ਲੱਖ ਦੀ ਲਾਹਣਤੀ ਉਹਨਾਂ ਨੂੰ। ਸੋ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਪਿੰਡ ਧੀਰਾ, ਰੋਪੜ ਜ਼ਿਲ੍ਹੇ ਦੇ ਵਿੱਚ ਧੀਰਾ ਪਿੰਡ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਹੜੇ ਇਹ ਕੱਲ੍ਹ ਉੱਥੇ ਪਹੁੰਚੇ, ਉਹਨਾਂ ਨੇ ਛਾਪਾ ਮਾਰਿਆ, ਕੁੜੀਆਂ ਦਾ ਸਕੂਲ ਆ ਉਹ ਪਿੰਡ ਦੇ ਵਿੱਚ, ਤੇ ਉਹਨਾਂ ਨੇ ਛਾਪਾ ਮਾਰ ਕੇ ਉੱਥੇ ਪਤਾ ਲਾਇਆ, ਕੁੜੀਆਂ ਨੂੰ ਪੁੱਛਿਆ ਵੀ ਭਾਈ ਤੁਹਾਡੀਆਂ ਸ਼ਿਕਾਇਤਾਂ ਕੀ ਆ? ਤੇ ਕੁੜੀਆਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਡੇ ਇੱਥੇ ਜਿਹੜਾ ਪ੍ਰਿੰਸੀਪਲ ਆ ਇਹ ਤਾਂ ਦਾਰੂ ਦੇ ਵਿੱਚ ਜਦੋਂ ਵੀ ਵੇਖਦੇ ਆ ਟੁੰਨ ਹੀ ਰਹਿੰਦਾ। ਤੇ ਉਹ ਫਿਰ ਪਤਾ ਲੱਗਾ ਜੀ ਕਿ ਕੁੜੀਆਂ ਨੂੰ ਪੁੱਛਿਆ ਜਦੋਂ ਉਹਨਾਂ ਨੇ ਵੀ ਭਾਈ ਹੋਰ ਕੀ ਕੀ ਸਮੱਸਿਆਵਾਂ, ਉਹਨਾਂ ਨੇ ਸਾਰੀਆਂ ਦੱਸੀਆਂ, ਪਰ ਉਦੋਂ ਨੂੰ ਪ੍ਰਿੰਸੀਪਲ ਵੀ ਆ ਗਿਆ ਤੇ ਪ੍ਰਿੰਸੀਪਲ ਲੰਘੇ ਕੱਲ ਫਿਰ ਦਾਰੂ ਚ ਟੁੰਨ ਸੀਗਾ, ਇਹਨੂੰ ਮੌਕੇ ਦੇ ਉੱਤੇ ਸਸਪੈਂਡ ਕਰ ਦਿੱਤਾ ਗਿਆ। ਤੇ ਸਿੱਖਿਆ ਮੰਤਰੀ ਨੇ ਗੱਲ ਕਹੀ ਹੈ ਕਿ ਭਾਈ ਜਿਹੜੇ ਸਾਰੇ ਬਾਕੀ ਅਧਿਆਪਕ ਆ ਵੀ ਤੁਸੀਂ ਹੁਣ ਤੱਕ ਦੱਸਿਆ ਕਿਉਂ ਨਹੀਂ,
ਤੁਹਾਡੇ ਸਕੂਲ ਦੇ ਵਿੱਚ ਆਹ ਕੁਝ ਹੋਈ ਜਾਂਦਾ, ਤੁਸੀਂ ਇਸ ਮਾਮਲੇ ਦੇ ਉੱਤੇ ਕੁਝ ਕਿਹਾ ਕਿਉਂ ਨਹੀਂ, ਤੁਸੀਂ ਇਸ ਮਾਮਲੇ ਤੇ ਕੋਈ ਸ਼ਿਕਾਇਤ ਕਿਉਂ ਨਹੀਂ ਕੀਤੀ, ਉਹਨਾਂ ਨੇ ਸਾਰਿਆਂ ਨੂੰ ਝਾੜ ਵੀ ਪਾਈ ਆ। ਸੋ ਬੇਨਤੀ ਤਾਂ ਇਹ ਆ ਵੀ ਦੇਖੋ, ਅਸੀਂ ਅਧਿਆਪਕ ਸਾਹਿਬਾਨ ਦਾ ਬਹੁਤ ਸਤਿਕਾਰ ਕਰਦੇ ਹਾਂ, ਕਰਨਾ ਵੀ ਚਾਹੀਦਾ ਸਭ ਨੂੰ, ਪਰ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਤੇ ਮਨ ਦੇ ਵਿੱਚ ਸਵਾਲ ਪੈਦਾ ਹੁੰਦਾ ਵੀ ਯਾਰ ਜੇਕਰ ਟੀਚਰ ਸਾਹਿਬਾਨ ਅਧਿਆਪਕ ਸਾਹਿਬਾਨ ਦਾਰੂ ਪੀ ਕੇ ਵਿਦਿਆਰਥੀਆਂ ਨੂੰ ਪੜ੍ਹਾਉਣਗੇ ਜਾਂ ਸਕੂਲਾਂ ਦੇ ਵਿੱਚ ਆਉਣਗੇ ਵਿਦਿਆ ਦੇ ਮੰਦਰਾਂ ਦੇ ਵਿੱਚ ਆਉਣਗੇ, ਤੇ ਫਿਰ ਆਪਾਂ ਚੰਗਾ ਕਿਹਨੂੰ ਕਵਾਂਗੇ ਤੇ ਮਾੜਾ ਕਿਹਨੂੰ ਕਵਾਂਗੇ। ਅਸੀਂ ਤਾਂ ਅਧਿਆਪਕਾਂ ਦੇ ਉੱਤੇ ਮਾਣ ਕਰਦੇ ਨਹੀਂ ਸਕਦੇ ਕਿ ਇਹ ਸਾਡੇ ਭਵਿੱਖ ਨੂੰ ਬਣਾਉਂਦੇ ਆ, ਪਰ ਜੇਕਰ ਉਹ ਆਪ ਟੁੰਨ ਰਹਿਣਗੇ ਨਸ਼ੇ ਦੇ ਵਿੱਚ ਤਾਂ ਦੂਜਿਆਂ ਨੂੰ ਕੀ ਸਮਝਾਉਣਗੇ। ਬਿਲਕੁਲ ਸਹੀ ਕਿਹਾ ਤਾਂ ਸਾਹਿਬ ਤੁਸੀਂ। ਖੈਰ ਅੱਗੇ ਵਧਦੇ ਹੁਣ ਗੱਲ ਕਰ ਲਈਏ ਜੀ ਸਨੀ ਦਿਓਲ ਹੋਰਾਂ ਦੀ। ਕਹਿੰਦੇ ਹਲਕੇ ਦੀ ਤਰ੍ਹਾਂ ਸੰਸਦ ਤੋਂ ਵੀ ਬਹੁਤ ਜ਼ਿਆਦਾ ਦੂਰੀ ਬਣਾ ਕੇ ਰੱਖੀ ਹੋਈ ਹੈ ਸਨੀ ਦਿਓਲ ਹੋਰਾਂ ਨੇ। ਬਿਲਕੁਲ ਜੀ ਬਿਲਕੁਲ, ਦੇਖੋ ਹੁਣ ਤਾਂ ਮਹੀਨੇ ਕੁਛ ਕਰੇਗੇ, ਪੌਣੇ 5 ਮਹੀਨੇ ਤਾਂ ਤਕਰੀਬਨ ਹੋ ਹੀ ਗਏ ਆ। 2019 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਤੇ ਜਦੋਂ ਸਨੀ ਦਿਓਲ ਹੋਰੀ ਚੁਣੇ ਗਏ ਸੀਗੇ, ਤੇ ਉਸ ਤੋਂ ਬਾਅਦ ਗੱਲ ਆ ਗਈ ਜੀ ਹੁਣ ਦੀ। ਹੁਣ 2024 ਦੇ ਵਿੱਚ ਤੇ ਫਰਵਰੀ ਮਾਰਚ ਦੇ ਵਿੱਚ ਫੇਰ ਚੋਣਾਂ ਹੋਣੀਆਂ ਤੇ ਮਹੀਨੇ ਸਾਰੇ 5 ਕੀ ਰਹਿ ਗਏ ਆ। ਤੇ ਸਨੀ ਦਿਓਲ ਦੇ ਬਾਬਤ ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਸੀ ਕੁਛ ਦਿਨ ਪਹਿਲਾਂ ਸਾਡੇ ਵਾਲਾ ਰੇਡੀਓ ਦੇ ਉੱਤੇ ਕਿ ਉਹ ਬੰਦਾ ਆਪਣੇ ਹਲਕੇ ਦੇ ਵਿੱਚ ਵੜਿਆ ਹੀ ਨਹੀਂ, 3 ਸਾਲ ਤੋਂ ਤਾਂ ਉਹ ਪੰਜਾਬ ਦੇ ਵਿੱਚ ਹੀ ਨਹੀਂ ਵੜਿਆ, ਤੇ ਉਸ ਤੋਂ ਪਹਿਲੇ ਜਿਹੜੇ 1.5-2 ਸਾਲ ਆ ਉਹਦੇ ਵਿੱਚ ਵੀ ਉਹ ਹਫ਼ਤਾ 10 ਦਿਨ ਲਗਾਤਾਰ ਪੰਜਾਬ ਦੇ ਵਿੱਚ ਆਇਆ ਨੀਗਾ। ਉਹਨੂੰ ਆਪਣੀਆਂ ਫਿਲਮਾਂ ਦਾ ਫਿਕਰ ਆ, ਤੇ ਹੁਣ ਵੀ ਜਦੋਂ ਉਹ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਗਿਆ ਤੇ ਆਪਣੇ ਗੁਰਦਾਸਪੁਰ ਹਲਕੇ ਦੇ ਵੱਲ ਮੂੰਹ ਹੀ ਨਹੀਂ ਕੀਤਾ, ਹੁਣ ਵੀ ਜਦੋਂ ਰੀਟਰੀਟ ਸੈਰਾਮਨੀ ਤੇ ਆਇਆ ਉਹ 1 ਸੈਕਿੰਡ ਦੇ ਲਈ ਵੀ ਆਪਣੇ ਹਲਕੇ ਦੇ ਵੱਲ ਨਹੀਂ ਆਇਆ। ਤੇ ਪਰ ਇੱਕ ਹੁਣ ਨਵੀਂ ਜਾਣਕਾਰੀ ਆ ਗਈ ਹੈ, ਸਨੀ ਦਿਓਲ ਹਲਕੇ ਦੇ ਵਿੱਚ ਤਾਂ ਨਹੀਂ ਆਇਆ ਪਤਾ, ਪਰ ਉਹ ਤਾਂ ਪਾਰਲੀਮੈਂਟ ਦੇ ਵਿੱਚ ਵੀ ਨਹੀਂ ਵੜਿਆ। ਪਾਰਲੀਮੈਂਟ ਦੇ ਵਿੱਚ ਉਹਦੀ ਹੁਣ ਤੱਕ ਦੀ ਟੋਟਲ ਹਾਜ਼ਰੀ 19% ਆ। ਜਿਹੜਾ ਇਹ ਮੌਨਸੂਨ ਦਾ ਸੈਸ਼ਨ ਚੱਲ ਰਿਹਾ ਇਸ ਸੈਸ਼ਨ ਦੇ ਵਿੱਚ ਉਹ 1 ਸੈਕਿੰਡ ਵਾਸਤੇ ਵੀ ਨਹੀਂ ਆਇਆ। ਪਿਛਲੇ 4 ਸੈਸ਼ਨਾਂ ਵਿੱਚ, ਲੋਕ ਸਭਾ ਦੇ 4 ਸੈਸ਼ਨਾਂ ਦੇ ਵਿੱਚ ਉਹ 1 ਸੈਕਿੰਡ ਵਾਸਤੇ ਵੀ ਨਹੀਂ ਬੋੜਿਆ। ਸੋ ਇਹ ਉਹਦੀ ਹਾਲਤ ਆ, ਇਹ ਉਹਦੀ ਸਥਿਤੀ ਆ, ਕਿਉਂਕਿ ਉਹਨੂੰ ਆਪਣੀਆਂ ਫਿਲਮਾਂ ਦਾ ਫਿਕਰ ਆ, ਉਹਨੂੰ ਹਲਕੇ ਦੇ ਲੋਕਾਂ ਦਾ ਕੋਈ ਫਿਕਰ ਨਹੀਂ ਵੀ ਭਾਈ ਲੋਕ ਮੇਥੋਂ ਕੀ ਚਾਹੁੰਦੇ ਆ, ਮੈਨੂੰ ਲੋਕਾਂ ਨੇ ਕਿਉਂ ਚੁਣਿਆ, ਮੈਂ ਪਾਰਲੀਮੈਂਟ ਦੇ ਵਿੱਚ ਲੋਕਾਂ ਦੀ ਕੋਈ ਆਵਾਜ਼ ਚੁੱਕਣੀ ਆ, ਉਹਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਆ। ਸੋ ਮੈਂ ਤਾਂ ਇਹ ਵੀ ਰਿਪੋਰਟ ਪੜ੍ਹੀ ਆ ਵੀ ਉਹਨੇ ਸਿਰਫ ਹੁਣ ਤੱਕ 1 ਸਵਾਲ ਪੁੱਛਿਆ, ਅੱਜ ਤੱਕ ਉਹਨੇ 1 ਸਵਾਲ ਪੁੱਛਿਆ ਪਾਰਲੀਮੈਂਟ ਦੇ ਵਿੱਚ, ਤੇ ਉਹਨੇ 1 ਵੀ ਬਹਿਸ ਦੇ ਵਿੱਚ ਹਿੱਸਾ ਨਹੀਂ ਲਿਆ, ਉਹਨੇ 1 ਵੀ ਵਿਸ਼ੇ ਦੇ ਉੱਤੇ ਬਹਿਸ ਨਹੀਂ ਕੀਤੀ, ਉਹਨੇ ਕੋਈ ਗੱਲ ਨਹੀਂ ਕੀਤੀ। ਮਤਲਬ ਤਾਂ ਇਹ ਵੀ ਬਹਿਸ ਤਾਂ ਉਹ ਕਰੂ ਜਿਹੜਾ ਹਲਕੇ ਦੇ ਵਿੱਚ ਵੜਦਾ, ਹਲਕੇ ਦੇ ਵਿੱਚ ਵੜਨ ਵਾਲੇ ਬੰਦੇ ਨੂੰ ਹਲਕੇ ਦੀਆਂ ਕਮੀਆਂ ਪੇਸ਼ੀਆਂ ਦਾ ਕਮਜ਼ੋਰੀਆਂ ਦਾ ਪਤਾ ਹੋਊਗਾ, ਹਲਕੇ ਦੇ ਵਿੱਚ ਸਮੱਸਿਆਵਾਂ ਕਿਹੜੀਆਂ ਉਹਦਾ ਪਤਾ ਹੋਊਗਾ। ਉਹਨੇ ਗੱਲ ਤਾਂ ਪਾਰਲੀਮੈਂਟ 'ਚ ਉਹੀ ਚੁੱਕਣੀ ਹੈ ਨਾ ਜਿਹੜੀ ਉਹਨੂੰ ਦੇਖੀ ਹੋਈ ਉਹਨੇ, ਜਦੋਂ ਉਹ ਆਇਆ ਹੀ ਨਹੀਂ ਤੁਹਾਨੂੰ ਪਤਾ ਕੀ ਹੋਊਗਾ, ਨਾਲੇ ਉਹ ਤਾਂ ਪਾਰਲੀਮੈਂਟ 'ਚ ਨਹੀਂ ਵੜਦਾ ਗਾ, ਉਹਨੇ ਬਹਿਸ ਕਾਹਦੀ ਕਰਨੀ ਹੈ। ਜੇ ਜਾਂਦਾ ਤਾਂ ਉਹ ਸਟਾਰਡਮ ਨਾਲ ਲੈ ਕੇ ਜਾਂਦਾ, ਉਹ ਕਿਹੜਾ ਕੋਈ ਲੋਕਾਂ ਨਾਲ ਚੁਣਿਆ ਹੋਇਆ ਇੱਕ ਬਿਲਕੁਲ ਜ਼ਮੀਨ ਨਾਲ ਜੁੜਿਆ ਹੋਇਆ ਨੁਮਾਇੰਦਾ ਬਣ ਕੇ ਜਾਂਦਾ। ਸੋ ਇਹ ਆ ਜੀ ਸਾਡੇ ਲੋਕਾਂ ਦਾ ਹਾਲ ਜਿਹੜੇ ਕਿ ਵੋਟਾਂ ਪਾਉਂਦੇ ਆ, ਤੇ ਇਹ ਆ ਹਾਲ ਜਿਹੜੇ ਜਿੱਤ ਕੇ ਤੇ ਬਾਅਦ ਦੇ ਵਿੱਚ ਅੱਖਾਂ ਦਿਖਾਉਂਦੇ ਆ ਜਾਂ ਬਿਲਕੁਲ ਬਿਟਰ ਜਾਂਦੇ ਆ। ਸੋ ਸਨੀ ਦਿਓਲ ਤੋਂ ਬਾਅਦ ਤਾਂ ਪੰਜਾਬ ਦੇ ਲੋਕਾਂ ਨੂੰ ਇੱਕ ਸਬਕ ਲੈਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਅਸੀਂ ਚੁਣਨੇ ਕਿਹੋ ਜਿਹੇ ਆ। ਜੇਕਰ ਅਸੀਂ ਇਹੋ ਜਿਹੇ ਚੁਣਾਂਗੇ ਤੇ ਫਿਰ ਭਾਈ ਨਤੀਜੇ ਇਹੋ ਜਿਹੇ ਨਿਕਲਣਗੇ, ਕਿਉਂਕਿ ਜਿਸ ਤਰੀਕੇ ਦੇ ਨਾਲ ਸਨੀ ਦਿਓਲ ਨੇ ਕੀਤੀ ਆ, ਇਹ ਕੀਤੀ ਤਾਂ ਇਸ ਤੋਂ ਪਹਿਲਾਂ ਵੀ ਬੜਿਆ ਨਹੀਂ ਆ। ਧਰਮਿੰਦਰ ਨੇ ਕਿਹੜਾ ਕੋਈ ਬੀਕਾਨੇਰ ਦੇ ਵਿੱਚ ਜਾ ਕੇ ਪਹਿਲਾਂ ਪਾਈਆਂ ਸੀ, ਉਹ ਵੀ ਤਾਂ ਨਹੀਂ ਗਿਆ ਸੀ। ਮਥੁਰਾ ਦੇ ਵਿੱਚ ਹੇਮਾ ਮਾਲਿਨੀ ਕਿੰਨਾ ਕੁ ਜਾਂਦੀ ਹੈ, ਚੰਡੀਗੜ੍ਹ ਦੇ ਵਿੱਚ ਕਿਰਨ ਖੇਰ ਕਿੰਨਾ ਕੁ ਆਉਂਦੀ ਹੈ। ਸੋ ਇਹ ਉਹ ਲੋਕ ਆ ਜਿਹੜੇ ਕਿ ਕਿੱਤਾ ਹੋਰ ਆ, ਖੇਤਰ ਹੋਰ ਆ, ਇਹ ਉੱਧਰ ਬਿਜ਼ੀ ਰਹਿੰਦੇ ਆਪਦੇ ਟੀਵੀ ਸ਼ੋਆਂ ਦੇ ਵਿੱਚ, ਆਪਣੀ ਕ੍ਰਿਕਟ ਦੇ ਵਿੱਚ, ਆਪਣੀਆਂ ਫਿਲਮਾਂ ਦੇ ਵਿੱਚ, ਆਪਣੇ ਸੀਰੀਅਲਾਂ ਦੇ ਵਿੱਚ, ਆਪਣੀਆਂ ਵੈਬ ਸੀਰੀਜ਼ ਦੇ ਵਿੱਚ, ਤੇ ਅਸੀਂ ਚਾਹੁੰਦੇ ਹਲਕੇ ਦੇ ਵਿੱਚ ਆਉਣ। ਸੋ ਲੋਕਾਂ ਨੂੰ ਬੇਨਤੀ ਹੈ ਜੀ ਕਿ ਜਦੋਂ ਵੀ ਵੋਟ ਪਾਉਣੀ ਉਦੋਂ ਸੋਚ ਸਮਝ ਕੇ ਪਾਇਆ ਕਰਨ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ, ਜਦੋਂ ਵੀ ਕਿਸੇ ਨੂੰ ਵੀ ਵੋਟ ਪਾਉਣੀ ਹੈ ਉਦੋਂ ਸੋਚ ਸਮਝ ਕੇ ਪਾਉਣੀ ਚਾਹੀਦੀ ਹੈ। ਖੈਰ ਅੱਗੇ ਵੱਧਦੇ ਹਾਂ, ਹੁਣ ਗੱਲ ਕਰਦੇ ਹਾਂ ਜੀ ਚੰਡੀਗੜ੍ਹ ਦੀ। ਕਹਿੰਦੇ ਚੰਡੀਗੜ੍ਹ ਦੇ ਵਿੱਚ ਬਾਂਦਰ ਭਜਾਉਣ ਦੇ ਲਈ ਲੰਗੂਰਾਂ ਦੀ ਆਵਾਜ਼ ਕੱਢਣ ਵਾਲੇ ਰੱਖ ਲਏ ਨੇ ਜੀ। ਬਿਲਕੁਲ ਜੀ ਬਿਲਕੁਲ, ਦੇਖੋ ਚੰਡੀਗੜ੍ਹ ਦੇ ਵਿੱਚ ਨਾ ਕਈ ਸੈਕਟਰਾਂ ਦੇ ਵਿੱਚ ਬਾਂਦਰਾਂ ਦੀ ਭਰਮਾਰ ਆ। ਬਾਂਦਰ ਇਸ ਕਰਕੇ ਆਉਂਦੇ ਕਿਉਂਕਿ ਇੱਥੇ ਫਲਦਾਰ ਦਰਖਤ ਲੱਗੇ ਆ, ਤੇ ਬਾਂਦਰ 1400-1500 ਦੇ ਕਰੀਬ ਇੱਥੇ ਬਾਂਦਰ ਹੋਊਗਾ, ਕਿਉਂਕਿ ਪਿੱਛੇ ਜੇ ਇੱਕ ਗਿਣਤੀ ਹੋਈ ਸੀਗੀ ਬਾਂਦਰਾਂ ਦੀ। ਤੇ 27 ਤੇ 28 ਸੈਕਟਰ ਦੇ ਵਿੱਚ ਬਾਂਦਰਾਂ ਦੀ ਲੋੜੋਂ ਵੱਧ ਭਰਮਾਰ ਆ। ਬਾਂਦਰ ਲੋਕਾਂ ਦੇ ਘਰਾਂ ਦੇ ਵਿੱਚ ਵੜਦੇ, ਕੱਪੜੇ ਚੱਕ ਕੇ ਲੈ ਜਾਂਦੇ, ਖਾਣ ਪੀਣ ਦੀਆਂ ਚੀਜ਼ਾਂ ਲੈ ਜਾਂਦੇ ਆ, ਰਾਹਗੀਰਾਂ ਨੂੰ ਪਰੇਸ਼ਾਨ ਕਰਦੇ ਆ। ਸੋ ਪਤਾ ਲੱਗਾ ਜੀ ਕਿ ਹੁਣ ਉੱਥੇ ਕੋਈ ਬਾਂਦਰ ਆ ਜਿਹੜੇ ਉਹ ਲੰਗੂਰਾਂ ਦੀ ਆਵਾਜ਼ ਸੁਣ ਕੇ ਭੱਜ ਜਾਂਦੇ ਆ, ਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਲੰਗੂਰਾਂ ਦੀ ਆਵਾਜ਼ ਕੱਢਣ ਵਾਲੇ ਜਿਹੜੇ ਆ ਉਹ 4 ਬੰਦੇ ਰੱਖੇ ਆ। ਉਹ ਲੰਗੂਰਾਂ ਦੀ ਆਵਾਜ਼ ਕੱਢਦੇ ਤੇ ਬਾਂਦਰ ਉੱਥੋਂ ਭੱਜ ਜਾਂਦੇ ਆ। ਸੋ ਇਹ ਇੱਕ ਸਸਤਾ ਤੇ ਟਿਕਾਊ ਇੱਕ ਸਾਧਨ ਲੱਭਿਆ ਗਿਆ ਵੀ ਭਾਈ ਮਮਿਕਰੀ ਕਰਨ ਵਾਲੇ ਜਿਹੜੇ ਹੁੰਦੇ ਜਿਵੇਂ ਕਿ ਆਵਾਜ਼ਾਂ ਕੱਢਣ ਵਾਲੇ, ਉਹ ਲੰਗੂਰ ਦੀ ਆਵਾਜ਼ ਜੇਕਰ ਤੁਸੀਂ ਕੱਢਦੇ ਹੋ ਤੇ ਫਿਰ ਭਾਈ ਤੁਹਾਨੂੰ ਇੱਥੇ ਨੌਕਰੀ ਮਿਲ ਜਾਂਦੀ ਆ,
ਪਤਾ ਨਹੀਂ 10,000 ਦੀ ਹੋਊਗੀ, 15,000 ਦੀ ਨੌਕਰੀ ਹੋ, ਮੈਨੂੰ ਪਤਾ ਨਹੀਂ ਇਹਦੇ ਬਾਰੇ, ਪਰ ਇਹ ਆ ਵੀ ਇੱਕ ਆਰਜ਼ੀ ਤੌਰ ਦੇ ਉੱਤੇ ਉਹਨਾਂ ਨੇ ਇਹ ਹੱਲ ਕੱਢਿਆ ਵੀ ਭਾਈ ਲੰਗੂਰ ਦੀ ਆਵਾਜ਼ ਕੱਢੋ ਤੇ ਬਾਂਦਰ ਭਜਾਓ ਜੀ। ਜੀ ਸੁਖੈਤ, ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ, ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ, ਮਿਹਰਬਾਨੀ। ਮਿਹਰਬਾਨੀ।